CIA 3 ਦੀ ਟੀਮ ACP ਪਵਨਜੀਤ ਜਿਹੜੇ ACP ਡਿਟੈਕਟਿਵ 2 ਉਹਨਾਂ ਦੀ ਸੁਪਰਵਿਜ਼ਨ ਦੇ ਅੰਡਰ ਇੱਕ ਅਸੀਂ ਬੰਦਾ ਅਰੈਸਟ ਕਰਿਆ ਜਿਹਦੇ ਤੋਂ ਦੋ ਸਾਨੂੰ ਦੇਸੀ ਕੱਟੇ ਬਰਾਮਦ ਹੋਏ ਹੈਗੇ ਨੇ ਐਂਡ ਪਲੱਸ ਸਾਡੇ ਕੋਲ 17 ਰੌਂਦ ਵੀ ਉਹਦੇ ਤੋਂ ਬਰਾਮਦ ਹੋਏ ਨੇ ਇਹ ਇੰਨੇ ਚੀਜ਼ਾਂ ਇੱਕ ਬੰਟੀ ਨਾਮ ਦੇ ਵਿਅਕਤੀ ਤੋਂ ਦਿੱਲੀ ਤੋਂ ਜਾ ਕੇ ਖਰੀਦ ਕੀਤੀਆਂ ਨੇ ਜਿਹਨੂੰ ਅਸੀਂ ਪਰਚੇਸ ਨੋਮੀਨੇਟ ਕਰ ਰਹੇ ਹੈਗੇ ਨਾ ਉਹਨੇ 20,000 ਰੁਪਏ ਦੇ ਵਿੱਚ ਇਹ ਪਰਚੇਜ਼ ਕਰੀ ਹੈ ਇਹ ਜਿਹੜਾ ਮਨਿੰਦਰ ਜੀਤ ਅਕਿਊਜ਼ਡ ਹੈਗਾ ਇਹ ਕ੍ਰਿਮੀਨਲ ਬੈਕਗਰਾਊਂਡ ਦਾ ਬੰਦਾ ਹੈ ਇਹਦੇ ਖਿਲਾਫ 4 ਪਰਚੇ ਪਹਿਲਾਂ ਵੀ ਦਰਜ ਨੇ ਜਿਹਨਾਂ 'ਚ 302 ਦਾ ਮੁਕੱਦਮਾ ਵੀ ਹੈ ਔਰ NDPS ਦੇ ਮੁਕੱਦਮੇ ਵੀ ਹੈਗੇ ਆ ਇਹ ਇਹਨਾਂ ਮੁਕੱਦਮਿਆਂ 'ਤੇ ਬੇਲ 'ਤੇ ਚੱਲ ਰਿਹਾ ਸੀ ਔਰ ਇਨ ਬਿਟਵੀਨ ਇਹਦਾ ਇਨ ਟੱਚ ਹੋਇਆ ਇਹ ਬੰਟੀ ਦੇ ਨਾਲ ਇਹਨੇ ਕਿਹਾ ਕਿ ਮੈਨੂੰ ਅਸਲਾ ਚਾਹੀਦਾ ਹੈਗਾ ਤਾਂ ਉਹਨੇ ਇਹਨੂੰ ਦਿੱਲੀ ਬੁਲਾਇਆ ਪੇਮੈਂਟ ਇਹਦੇ ਟ੍ਰਾਂਸਫਰ ਕਰੀ ਔਰ ਇਹ ਕੁਛ 2-2.5 ਮਹੀਨੇ ਪਹਿਲਾਂ ਜਾ ਕੇ ਉਹਦੇ ਤੋਂ ਇਹ ਵੈਪਨ ਲੈ ਕੇ ਆਇਆ ਇਹਦੇ ਕੁਛ ਦੱਸਦਾ ਮੇਰੀ ਕੁਛ ਲਾਗਡਾਟ ਹੈਗੀ ਹੈ ਪਹਿਲਾਂ ਵੀ ਜਿਹੜੇ ਪਰਚੇ ਹੈਗੇ ਨੇ ਉਹਨਾਂ ਦੇ ਵਿੱਚ ਇਹਨੇ ਇਹਨੂੰ ਕੁਛ ਲੋਕਾਂ ਦੇ ਨਾਲ ਇਹਦੀ ਰੰਜਿਸ਼ ਹੈਗੀ ਹੈ ਅਤੇ ਉਸ ਦੇ ਹੁਣ ਦੱਸਦਾ ਕਿ ਮੈਂ ਆਪਦੇ ਉਹਦੇ ਵਾਸਤੇ ਪ੍ਰੋਟੈਕਸ਼ਨ ਵਾਸਤੇ ਲਿਆ ਹੋਇਆ ਬਟ ਅਸੀਂ ਇਹਨੂੰ ਡਿਊਰਿੰਗ ਇਨਵੈਸਟੀਗੇਸ਼ਨ ਇਹ ਕਲੀਅਰ ਕਰਾਂਗੇ ਕਿ ਇਹਦੇ ਹੋਰ ਮਕਸਦ ਵੀ ਹੋ ਸਕਦਾ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਤਾਂ ਨਹੀਂ ਲਏ ਹੈਗੇ ਉਹ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਅਸੀਂ ਉਹਨੂੰ ਨੋਮੀਨੇਟ ਕਰ ਰਹੇ ਹਾਂ ਜੀ ਐਂਡ ਵੀ ਵਿਲ ਆਲਸੋ ਰੇਡ ਹਿਮ ਔਰ ਉਹਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਇੱਕ ਤਾਂ ਜੀ ਇਹ 323-25 ਦਾ ਹੈਗਾ ਇੱਕ 302 ਦਾ ਹੈਗਾ 2015 ਦੇ ਵਿੱਚ ਫਿਰ ਦੁਬਾਰਾ 323-24 ਦਾ ਹੁੰਦਾ 2018 ਦੇ ਵਿੱਚ NDPS ਦਾ ਪਰਚਾ ਹੈਗਾ ਜਿਹਨਾਂ 'ਚ ਇਹ ਬੇਲ 'ਤੇ ਚੱਲ ਰਿਹਾ ਹੈ ਇਹ ਸਾਡੇ ਸੋਰਸਿਸ ਦੇ ਥਰੂ CIA 3 ਇੰਚਾਰਜ ਇਹਨਾਂ ਨੇ ਬੜਾ ਅੱਛਾ ਕੰਮ ਕਰਿਆ ਇਹਨਾਂ ਨੇ ਸੋਰਸਿਸ ਦੇ ਥਰੂ ਪਤਾ ਲਗਾਇਆ ਕਿ ਇਸ ਬੰਦੇ ਦੇ ਕੋਲ ਇਹ ਇਲੀਗਲ ਵੈਪਨ ਹੈਗੇ ਨੇ ਸੋ ਉਸ ਇਨਫੋਰਮੇਸ਼ਨ ਨੂੰ ਫਰਦਰ ਡਿਵੈਲਪ ਕਰਦੇ ਹੋਏ ਇਹਨੂੰ ਅਸੀਂ ਰਾਊਂਡ ਅਪ ਕਰਿਆ ਇਹ ਫਿਲਹਾਲ ਤਾਂ ਆਟੋ ਚਲਾਉਂਦਾ ਹੈਗਾ ਇੱਕ ਔਰ ਘਰੇ ਇਹਦੀ ਇੱਕ ਵਾਈਫ ਹੈ ਔਰ ਆਈ ਥਿੰਕ ਇਹਦੇ ਪੇਰੈਂਟਸ ਦੇ ਹੈਵ ਐਕਸਪਾਇਰਡ ਕੱਲਮ ਕੱਲਾ ਹੀ ਰਹਿੰਦਾ ਕਿ ਖਾਸ ਕੰਮ ਇਹਦਾ ਹੈ ਨਹੀਂ ਜਿਸ ਤੋਂ ਸ਼ੱਕ ਹੁੰਦਾ ਹੈ ਕਿ ਇਹ ਹੋਰ ਇਲੀਗਲ ਐਕਟੀਵਿਟੀਜ਼ ਦੇ ਵਿੱਚ ਵੀ ਇਨਵੋਲਵ ਹੋ ਸਕਦਾ ਜੋ ਅਸੀਂ ਦੌਰਾਨੇ ਤਫਤੀਸ਼ ਇਹਦਾ ਸਾਰਾ ਕਲੀਅਰ ਕਰਾਂਗੇ ਹਾਂਜੀ ਜੀ 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 ਇਹਦੇ ਕੋਲ ਜੀ 2 ਦੇਸੀ ਕੱਟੇ ਮਿਲੇ ਇੱਕ 315 ਬੋਰ ਦਾ ਹੈਗਾ ਦੋਨੋਂ 315 ਬੋਰ ਦੇ ਨੇ ਔਰ ਜਿਹੜੇ ਰੌਂਦ ਨੇ 10 ਰੌਂਦ ਨੇ 315 ਬੋਰ ਦੇ ਔਰ 7 ਰੌਂਦ ਨੇ 32 ਬੋਰ ਦੇ ਔਰ ਇੱਕ ਏਅਰ ਪਿਸਟਲ ਮਿਲਿਆ ਜੀ Subscribe to our YouTube channel News DNN by clicking the bell icon. Don't forget to like, comment, and share.